ਇਹਨੂੰ ਲੈ ਕੇ ਕਿਤੇ ਦੁਨੀਆ ਤੋਂ ਦੂਰ ਨੱਸਣ ਨੂੰ ਜੀ ਕਰਦਾ ਕਿਆ ਬਾਤ ਹੈ ਓਏ ਹੋਏ 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 ਉੱਧਰ ਦੇਖੋ ਕਰਾਉਂਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਲਖਵਿੰਦਰ ਸਿੰਘ ਜੀ ਅੱਜ ਮੇਰੇ ਚੈਨਲ 'ਤੇ ਨਵੇਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਰਹੇ ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਹੈ ਬੱਬੂ ਮਾਨ ਜੀ ਦਾ ਲਾਈਵ ਸ਼ੋਅ ਦੇ ਵਿੱਚ ਉਹਨਾਂ ਨੇ ਸੌਂਗ ਗਾਇਆ ਹੋਇਆ ਹੈ ਸੌਂ ਦੀ ਝੜੀ ਅਤੇ ਓਲਡ ਸੌਂਗ ਇਹਨਾਂ ਦਾ ਕਾਫੀ ਬੈਸਟ ਸੌਂਗ ਨੇ ਯਾਰ ਬਹੁਤ ਵਧੀਆ ਨਿਊ ਵੀ ਵਧੀਆ ਨੇ ਪਰ ਓਲਡ ਇਜ਼ ਗੋਲਡ ਬੜੇ ਪਿਆਰੇ ਲੱਗਦੇ ਨੇ ਕਈ ਯਾਰ ਇਹ ਹੁੰਦਾ ਹੈ ਨਾ ਕਿ ਕਈਆਂ ਦੇ ਜਿਉਂ ਜਿਉਂ ਓਲਡ ਸੌਂਗ ਹੋ ਜਾਂਦੇ ਨੇ ਕਰੇਜ਼ ਘੱਟ ਜਾਂਦਾ ਹੈ ਪਰ ਇਹਨਾਂ ਦੇ ਬੱਬੂ ਮਾਨ ਜੀ ਦੇ ਸੌਂਗ ਜਿੰਨੇ ਓਲਡ ਨੇ ਉਨੇ ਵਧੀਆ ਪਿਆਰੇ ਬਹੁਤ ਲੱਗਦੇ ਨੇ ਸੁਣਨ ਵਿੱਚ ਆਓ ਸੌਣ ਦੀ ਚੜੀ ਓਲਡ ਸੌਂਗ ਲਾਈਵ ਸ਼ੋਅ ਦੇ ਵਿੱਚ ਬੱਬੂ ਮਾਨ ਜੀ ਨੇ ਕਿਵੇਂ ਗਾਇਆ ਹੈ ਨਾਲ ਸੁਣਦੇ ਹਾਂ ਅਤੇ ਨਾਲ ਦੀ ਨਾਲ ਰਿਐਕਸ਼ਨ ਕਰਦੇ ਆਓ ਸ਼ੋਅ ਨੂੰ ਦੇਖਣਾ ਕਰੀਏ ਕਿਆ ਬਾਤ ਹੈ ਮਾਨ ਸਾਹਿਬ ਸੌਣ ਦੀ ਚੜੀ ਨਹੀਂ ਲੱਗੀ ਸੌਣ ਦੀ ਚੜੀ ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਓਏ ਕਿਆ ਬਾਤ ਹੈ ਸੌਣ ਦੀ ਚੜੀ ਨਹੀਂ ਲੱਗੀ ਸੌਣ ਦੀ ਚੜੀ ਮੈਂ ਵੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਏ ਖਿਆਲ ਇੱਕ ਨੱਚਣੇ ਨੂੰ ਜੀ ਕਰਦਾ ਹਾਏ ਸੌਣ ਦੀ ਚੜੀ ਦੇ ਵਿੱਚ ਫੇਰ ਨਾਲ ਇੱਕ ਚੀਜ਼ ਦੇਖੋ ਲਾਈਵ ਦੇ ਵਿੱਚ ਮਾਈਕ 'ਤੇ ਗਾ ਰਹੇ ਨੇ ਸੀ ਡੀ ਲਾ ਕੇ ਨਹੀਂ ਗਾ ਰਹੇ ਇਹ ਬਹੁਤ ਵੱਡੀ ਕਲਾਕਾਰੀ ਹੁੰਦੀ ਹੈ ਜਿਹੜੀ ਬਿਨਾਂ ਸੀ ਡੀ ਤੋਂ ਗਾਇਆ ਜਾਵੇ ਕਿਉਂਕਿ ਅਸਲੀ ਲਾਈਵ ਸ਼ੋਅ ਸਟੇਜ ਉਹੀ ਹੁੰਦੀ ਹੈ ਜਿਹੜੀ ਪਿੱਛੇ ਸਟੂਡੀਓ ਵੱਲ 'ਚ ਤਾਂ ਹਰ ਕੋਈ ਗਾ ਲੈਂਦਾ ਹੈ ਸੀ ਡੀ ਲੱਗ ਕੇ ਪਿੱਛੇ ਹਰ ਕੋਈ ਗਾ ਲੈਂਦਾ ਹੈ ਦਮ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਸਟੇਜ 'ਤੇ ਇਕੱਲੇ ਮਾਈਕ 'ਤੇ ਪਿੱਛੇ ਸਾਜੀ ਚੱਲਣ ਦੇ ਹੋਣ ਅਤੇ ਆਪ ਮਾਈਕ 'ਤੇ ਗਾਉਂਦੇ ਹੋਣ ਲਾਈਵ ਸ਼ੋਅ ਦਾ ਉਦੋਂ ਪਤਾ ਲੱਗਦਾ ਕਿ ਹਾਂ ਵੀ ਆਹ ਹੈ ਬੰਦਾ ਜਿਹੜਾ ਸਟੂਡੀਓ 'ਚ ਵੀ ਉਸ ਤਰ੍ਹਾਂ ਹੈ ਅਤੇ ਲਾਈਵ ਸ਼ੋਅ 'ਚ ਵੀ ਉਸ ਤਰ੍ਹਾਂ ਹੈ ਉਹਨੇ ਬੱਬੂ ਮਾਨ ਜੀ ਆਓ ਦੇਖੀਏ ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ ਆਏ ਹਾਏ ਕਰਾਊਡ ਵੀ ਦੇਖੋ ਆਏ ਕਿਆ ਬਾਤ ਹੈ ਡਾਂਸ ਲੈ ਕੇ ਅੰਗੜਾਈ ਜ਼ਰਾ ਜ਼ੁਲਫਾਂ ਖਿਲਾਰ ਦੇ ਨੱਚ ਨੱਚ ਛੇੜਾ ਨੀ ਵੇ ਸੁਰਤਾਂ ਗਿਟਾਰ ਦਾ ਓਏ ਹੋਏ 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 ਕਿਆ ਬਾਤ ਹੈ ਲੈ ਕੇ ਅੰਗੜਾਈ ਜ਼ਰਾ ਜ਼ੁਲਫਾਂ ਖਿਲਾਰ ਦੇ ਬਾਈ ਗੋਡ ਮੈਂ ਵੀ ਅੱਜ ਹੋਈ ਜਮਾਂ ਬੋਲ ਆ ਹਾ 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 ਬਾਈ ਗੋਡ ਮੈਂ ਵੀ ਅੱਜ ਹੋਈ ਜਮਾਂ ਬੋਲ ਤੇਰੇ ਮੇਰੇ ਬਿਨਾਂ ਕੋਈ ਹੋਵੇ ਨਾ ਹੋ ਤੈਨੂੰ ਲੈ ਕੇ ਕਿਤੇ ਦੁਨੀਆ ਤੋਂ ਦੂਰ ਨੱਸਣ ਨੂੰ ਜੀ ਕਰਦਾ ਕਿਆ ਬਾਤ ਹੈ ਓਏ ਹੋਏ 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 ਉੱਧਰ ਦੇਖੋ ਕਰਾਊਡ ਹਾਂ 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 ਕਿਆ ਬਾਤ ਹੈ ਐਂਡਲੈਸ ਕਿਆ ਬਾਤ ਹੈ ਨੱਚ ਨੱਚ ਸੋਣੀਏ ਲਿਆ ਦੀਏ ਹਨੇਰੀਆਂ ਆਹਾ ਉਹ ਚੰਦ ਤੱਕ ਗੱਲਾਂ ਹੋ ਨੱਚ ਨੱਚ ਸੋਹਣੀਆਂ ਲਿਆ ਦੀਏ ਹਨੇਰੀਆਂ ਤੂੰ ਮੁਮਤਾਜ਼ ਮੈਂ ਤੇਰਾ ਸ਼ਾਹ ਜਹਾਂ ਮੁਮਤਾਜ਼ ਮੈਂ
ताज बना दे सारी अदा सारिया जवानी दिया टपने अच मेरा जी कर दे क्या बात है यार, वेरी नाइस बब्बू मान जी। ये सी जी सौण दी झड़ी लाइव शो दे विच गाया होया। सब तो मेन गल लाइव शो दे विच माइक ते बिना सी डी तो गाना, पहला भी गल कर चुके हाँ। सो आ होंदे ने असली जिहड़े लाइव शो आ। लाइव शो तो हुण भी बड़े कई लगाउण जांदे ने, लाउंदे भी ने, पर जो मान साहब दा लाइव शो जिहड़ा कह लईए कि चलदा है बिना सीडी तो शुरू तो ही चलता आ रहा, ये नहीं कि अज का चलता, क्योंकि कुछ कुछ सिंगर जिहड़े हैगे ने यार जिहड़े स्टेज पर गा सकते हैं यार, कईयां दा स्टेज पर जाके यार बाद विच गला बह जाता है। जे लाइव शो दे मेन गल हुंदी है कि यार एक दम हुंदा वॉइस च, जिहड़ा दम बब्बू मान जी दे टैलेंट है भरिया होया है कि लाइव शो दे विच भी उस तरीके दे नाल बरकरार गाउंदे ने, उस तरीके की वॉइस वोकल सब कुछ लगता है यार, बहुत सोहना। बाकी दूजे इन्हां दे पुराने सोंग वाह कमाल ने यार, एंडलैस यार सौग सौण की झड़ी कभी की तो हैडफोन लगा के यार जो बारिश होंगी होदो ये सौग न सुन के देखियो नज़ारा ही वखरा आता है। कभी बारिश होंगी हो ना उदो कि हैडफोन ला गया सुने तो सामने बारिश का नज़ारा लियो, आनंद फील वक्री आती है यार। बहुत प्यारा सौग, छोटा जहा हों जो ये सौग आया सी, पर अज भी जो ये सौग सुनी है नवयां वर्गू लगता है यार। एंडलैस आप जी दर्शन करना, आप जी ने लाइव शो किमें लगा, आप जी ने मेरा दिता रिएक्शन किमें लगा। जी आप जी मेरे चैनल तो मेरे चैनल सबसक्राइब कर दो, बैल आइकन का बटन दबा दो, जो वीडियो आने वाली नवी तो नवी नोटिफिकेशन आप जी तक पहुंच रही। सो अगली वीडियो लेकर बहुत जल्दी मिले तक, सत श्री अकाल, बाय बाय।